ਤਸਵੀਰਾਂ ਫਰੀਦਕੋਟ ਦੇ ਟਿੱਲਾ ਬਾਬਾ ਸ਼ੇਖ ਫਰੀਦ ਦੇ ਦੁਆਰ ਦੀਆਂ ਨੇ, ਜਿੱਥੇ ਇੱਕ ਸ਼ਖਸ ਦੇਖੋ ਕਿਵੇਂ ਮੋਟਰਸਾਈਕਲ ਤੋਂ ਉੱਤਰਦੇ ਸਾਰ ਹੀ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਹੈ। ਅੱਡ ਅੱਡ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਡ ਅੱਡ ਐਂਗਲ ਦੀਆਂ। ਦੇਖੋ ਧਿਆਨ ਦੇ ਨਾਲ, ਪਹਿਲਾਂ ਇਹ ਮੋਟਰਸਾਈਕਲ 'ਤੇ ਆਉਂਦਾ ਹੈ, ਸਿੱਧਾ ਇਸ ਦੀ ਮੋਟਰਸਾਈਕਲ ਇੱਕ ਫੜੀ ਦੇ ਵਿੱਚ ਵੱਜਦੀ ਹੈ, ਜਿਸ ਤੋਂ ਬਾਅਦ ਇਸ ਦੇ ਹੱਥ ਦੇ ਵਿੱਚ ਇੱਕ ਥੈਲਾ ਵੀ ਫੜਿਆ ਹੋਇਆ ਹੈ, ਨਾ ਹੀ ਇਸਨੇ ਸਿਰ ਢੱਕਿਆ, ਸਿੱਧਾ ਭੱਜਦਾ ਹੋਇਆ ਇਹ ਸ਼ਖਸ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਹੈ। ਲੋਕ ਵੀ ਇਸ ਨੂੰ ਦੇਖ ਰਹੇ ਹੁੰਦੇ ਨੇ ਕਿ ਆਖਰ ਇਹ ਕਰ ਕੀ ਰਿਹਾ ਹੈ। ਇਸ ਦੀਆਂ ਹਰਕਤਾਂ ਦੇਖੋ, ਸ਼ੱਕੀ ਹਰਕਤਾਂ ਸਨ ਇਸ ਦੀਆਂ, ਜਿਸ ਤੋਂ ਬਾਅਦ ਜਿਹੜੇ ਲੋਕ ਸਨ, ਜਿਹੜੇ ਸੇਵਾਦਾਰ ਸਨ, ਉਹਨਾਂ ਨੇ ਇਸ ਨੂੰ ਕਾਬੂ ਕੀਤਾ। ਦੇਖੋ ਪਹਿਲਾਂ ਕਿਵੇਂ ਬਾਈਕ ਤੋਂ ਉੱਤਰ ਕੇ ਸਿੱਧਾ ਭੱਜਦਾ ਹੋਇਆ ਅੰਦਰ ਗਿਆ। ਅੰਦਰ ਜਾ ਕੇ ਇਸਨੇ ਸਿੱਧਾ ਜਿਹੜੀਆਂ ਹਰਕਤਾਂ ਕੀਤੀਆਂ ਤੁਸੀਂ ਦੇਖ ਹੀ ਰਹੇ ਹੋ, ਸਿੱਧਾ ਜਾ ਕੇ ਨਤਮਸਤਕ ਹੁੰਦਾ ਹੈ ਅਤੇ ਇਸ ਦੇ ਵੱਲੋਂ ਰੌਲਾ ਵੀ ਪਾਇਆ ਗਿਆ, ਜਿਸ ਨੂੰ ਦੇਖਦੇ ਹੋਏ ਜਿਹੜੇ ਸੇਵਾਦਾਰ ਸਨ ਟਿੱਲਾ ਬਾਬਾ ਸ਼ੇਖ ਫਰੀਦ ਗੁਰੂ ਘਰ ਦੇ, ਉਹਨੇ ਉਹ ਅਲਰਟ ਹੋ ਗਏ, ਕਿਉਂਕਿ ਪਹਿਲਾਂ ਵੀ ਕਈ ਘਟਨਾਵਾਂ ਇਸ ਤਰੀਕੇ ਦੀਆਂ ਵਾਪਰ ਚੁੱਕੀਆਂ ਨੇ। ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਹੈ ਅਤੇ ਬਾਅਦ ਦੇ ਵਿੱਚ ਉਸਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਐਲਾਨ ਦਿੱਤਾ ਜਾਂਦਾ ਹੈ। ਇਸੇ ਤਰੀਕੇ ਦੀ ਹਰਕਤਾਂ ਇਹ ਸ਼ਖਸ ਵੀ ਕਰ ਰਿਹਾ ਸੀ ਤਾਂ ਸੇਵਾਦਾਰਾਂ ਨੇ ਇਸਦਾ ਸੌਦਾ ਲਾਇਆ, ਇਸ ਨੂੰ ਕਾਬੂ ਕੀਤਾ ਅਤੇ ਇਸ ਨੂੰ ਪਿੱਛੇ ਲੈ ਗਏ ਅਤੇ ਪੁਲਿਸ ਨੂੰ ਬੁਲਾਇਆ ਬਾਅਦ ਦੇ ਵਿੱਚ। ਤਾਂ ਦੱਸ ਦਈਏ ਕਿ ਸਿੱਧਾ ਜਿਸ ਢੰਗ ਦੇ ਨਾਲ ਇਹ ਗੁਰੂ ਘਰ ਦੇ ਵਿੱਚ ਦਾਖਲ ਹੋਇਆ, ਕੋਈ ਵੀ ਸ਼ਖਸ ਇਸ 'ਤੇ ਸ਼ੱਕ ਕਰਨ ਲੱਗ ਜਾਏਗਾ, ਕਿਉਂਕਿ ਅੱਗੇ ਵੀ ਇਸ ਤਰੀਕੇ ਦੇ ਹੀ ਲੋਕ ਕਈ ਵਾਰ ਬੇਅਦਬੀ ਕਰ ਚੁੱਕੇ ਨੇ ਗੁਰੂ ਘਰ 'ਚ ਆ ਕੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰ ਕਈ ਥਾਵਾਂ 'ਤੇ ਬੇਅਦਬੀਆਂ ਹੋ ਚੁੱਕੀਆਂ ਨੇ, ਮੰਦਰਾਂ 'ਚ ਬੇਅਦਬੀਆਂ ਹੋ ਚੁੱਕੀਆਂ ਨੇ, ਪਰ ਬਾਅਦ ਦੇ ਵਿੱਚ ਇਹਨਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਐਲਾਨ ਦਿੱਤਾ ਜਾਂਦਾ ਹੈ। ਹਾਲਾਂਕਿ ਹਰਕਤਾਂ ਇਸ ਦੀਆਂ ਮਾਨਸਿਕ ਤੌਰ 'ਤੇ ਪਰੇਸ਼ਾਨ ਵਾਲੀਆਂ ਲੱਗ ਰਹੀਆਂ ਹੈ ਕਿ ਨਹੀਂ, ਉਹ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋ। ਪਰ ਜਿੰਨਾ ਜੇ ਗੱਲ ਕਰੀਏ ਪੁਲਿਸ ਦੀ, ਪੁਲਿਸ ਅਫਸਰ ਦੇ ਮੁਤਾਬਕ ਇਸ ਸ਼ਖਸ ਦਾ ਨਾਮ ਮਲਕੀਤ ਸਿੰਘ ਹੈ, ਸਿੱਖਾਂ ਦਾ ਇਹ ਮੁੰਡਾ ਹੈ, ਇਹ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ। ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਕਿਸੇ ਦੇ ਨਾਲ ਬੈਠ ਕੇ ਮੋਟਰਸਾਈਕਲ 'ਤੇ ਆਉਂਦਾ ਹੈ, ਇਸਨੇ ਆਪਣਾ ਸਿਰ ਵੀ ਨਹੀਂ ਢੱਕਿਆ, ਸਿੱਧਾ ਅੰਦਰ ਵੜਦਾ ਹੈ ਗੁਰੂ ਘਰ ਦੇ ਅਤੇ ਮੱਥਾ ਟੇਕਣ ਲੱਗ ਜਾਂਦਾ ਹੈ। ਦੇਖੋ ਕਿੰਨੀ ਰਫਤਾਰ ਦੇ ਨਾਲ ਭੱਜਦਾ ਹੋਇਆ ਇਹ ਗੁਰੂ ਘਰ ਦੇ ਅੰਦਰ ਦਾਖਲ ਹੋਇਆ। ਜਿਸ ਹਿਸਾਬ ਦੇ ਨਾਲ ਇਹ ਗੁਰੂ ਘਰ 'ਚ ਦਾਖਲ ਹੋਇਆ, ਕਿਸੇ ਨੂੰ ਵੀ ਸ਼ੱਕ ਹੋਵੇਗਾ ਕਿ ਬੇਅਦਬੀ ਕਰਨ ਆਇਆ ਹੈ ਜਾਂ ਫਿਰ ਹੋਰ ਕੋਈ ਵੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਜਿਸ ਨੂੰ ਦੇਖਦੇ ਹੋਏ ਨਿਹੰਗ ਸਿੰਘਾਂ ਨੇ ਐਕਸ਼ਨ ਲਿਆ, ਨਿਹੰਗ ਸਿੰਘਾਂ ਨੇ ਇਸ ਨੂੰ ਕਾਬੂ ਕੀਤਾ ਅਤੇ ਪੁਲਿਸ ਨੂੰ ਸੱਦਿਆ। ਬਾਅਦ ਦੇ ਵਿੱਚ ਪੁੱਛ ਪੜਤਾਲ ਤੋਂ ਪਤਾ ਚੱਲਿਆ, ਪੁਲਿਸ ਦਾ ਇਹ ਕਹਿਣਾ ਕਿ ਦਿਮਾਗੀ ਤੌਰ 'ਤੇ ਇਹ ਸ਼ਖਸ ਪਰੇਸ਼ਾਨ ਹੈ। ਇਹ ਸ਼ਖਸ ਨੇੜੇ ਤੇੜੇ ਪਿੰਡਾਂ ਦਾ ਹੀ ਰਹਿਣ ਵਾਲਾ ਹੈ, ਮਲਕੀਤ ਸਿੰਘ ਇਸਦਾ ਨਾਮ ਹੈ, ਸਿੱਖਾਂ ਦਾ ਇਹ ਮੁੰਡਾ ਹੈ। ਤਾਂ ਦੱਸ ਦਈਏ ਕਿ ਗੁਰੂ ਘਰ ਦੇ ਵਿੱਚ ਅੱਡ ਅੱਡ ਜਗ੍ਹਾ 'ਤੇ CCTV ਕੈਮਰੇ ਲੱਗੇ ਹੋਏ ਸਨ, ਜਿਸ ਦੇ ਵਿੱਚ ਇਹ ਕੈਦ ਹੋ ਗਿਆ ਇਹ ਹਰਕਤਾਂ ਕਰਦਾ ਹੋਇਆ। ਤਾਂ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਤਸਵੀਰਾਂ ਦੇਖ ਕੇ ਕੀ ਇਹ ਸ਼ਖਸ ਤੁਹਾਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਲੱਗ ਰਿਹਾ ਹੈ। ਇਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗਾ, ਬਾਹਰੋਂ ਭੱਜ ਕੇ ਅੰਦਰ ਆਇਆ, ਫਿਰ ਉਹ ਸੇਵਾਦਾਰਾਂ ਨੇ ਫੜ ਲਿਆ ਹੈਗਾ। ਕੀ ਵਜ੍ਹਾ ਕਿਸੀ ਕਿਉਂ ਫੜਿਆ ਗਿਆ ਜੀ? ਇਹਨੇ ਜੀ ਉਹ ਜਿਹੜੀ ਆ ਪੂਰੀ ਮਰਿਆਦਾ ਨਹੀਂ ਕੀਤੀ, ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗਾ ਜੀ। ਅਤੇ ਇਹਦਾ ਪਰਿਵਾਰ ਹੈਗਾ ਭੁੱਲੂ ਵਾਲੇ ਪਿੰਡ 'ਚ ਰਹਿੰਦੇ, ਮਲਕੀਤ ਸਿੰਘ ਦਾ ਨਾਮ ਜੀ। ਬਾਕੀ ਅਜੇ ਵੈਰੀਫਾਈ ਕਰਦੇ ਜੀ। ਅਗਲੀ ਕਾਰਵਾਈ ਜੇ ਇੰਟੈਂਸ਼ਨਲੀ ਕੋਈ ਤਾਂ ਕਾਰਵਾਈ ਹੋ ਜਾਵੇ ਜੀ, ਸੇਵਾਦਾਰਾਂ ਗੱਲ ਕਰਦੇ ਹਾਂ, ਇੱਧਰੋਂ ਫਰੀ ਹੋ ਜਾਈਏ ਬਸ ਜੀ।